ਬੀਬੇ ਮੈਂ ਤਾਂ ਝਾੜੂ ਲੈਣ ਆਇਆ ਸੀ ਤੇ ਹੁਣ ਦੇਖਿਆ ਪਾਣੀ ਪਾਣੀ ਹੋ ਗਿਆ ਅੰਦਰੋਂ ਦੇ। ਦੇਖੋ ਦੇਖੋ ਕਹਿਰੀ ਅੱਜ ਦਾ ਅੰਦਰ ਲਿਆ। ਆ ਗਏ ਦੁਆਬੇ ਵਾਲੇ, ਆ ਗਏ ਨਵੇਂ ਸ਼ਹਿਰ ਵਾਲੇ, ਆ ਗਏ ਖਿੱਚ ਕੇ ਰੱਖੋ ਕੰਮ ਨੂੰ ਹੁਣ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਹੋਰ ਸਭ ਸਾਰੇ ਜਣੇ ਸੈੱਟ ਨੇ ਤੇ ਬਾਬੇ ਅੱਜ ਆਪਾਂ ਵਲੌਗ ਵਿੱਚ ਥੋੜ੍ਹਾ ਜਿਹਾ ਸਮਾਨ ਲੈ ਕੇ ਆਉਣਾ ਵਾ ਬਰੀਕੋ 'ਚ ਅਤੇ ਗਲੋਬੋ 'ਚੋਂ। ਅਤੇ ਹੁਣ ਆਪਾਂ ਨਾ ਕਿਉਂਕਿ ਜਿਹੜਾ ਆਪਣਾ ਇਹ ਅਲਮਾਰੀਆਂ 'ਚ ਸਮਾਨ ਆ ਨਾ, ਜਿਹੜੇ ਇੱਥੇ ਕੱਪੜੇ ਆ ਇਹ ਆਪਾਂ ਅੱਜ ਉੱਧਰ ਲੈ ਕੇ ਜਾਣੇ ਆ। ਕੱਲ੍ਹ ਮੈਂ ਵਲੌਗ ਬਣਾਇਆ ਨਹੀਂ, ਕੱਲ੍ਹ ਬਹੁਤ ਕੰਮ ਕੀਤਾ, ਕੱਲ੍ਹ ਵੀ ਕੱਲ੍ਹ ਗੈਰਜ ਪੂਰਾ ਆਪਾਂ ਖਾਲੀ ਕਰਤਾ, ਸਾਰਾ ਸਮਾਨ ਆਪਾਂ ਉੱਧਰ ਲੈ ਗਏ ਹਾਂ ਅਤੇ ਤਾਂ ਕਰਕੇ ਫਿਰ ਟਾਈਮ ਨਹੀਂ ਮਿਲਿਆ। ਕੱਲ੍ਹ ਮਲਿਸਾ ਨੂੰ ਵੀ ਆਪਾਂ ਛੱਡ ਕਹਿੰਦੇ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕੰਮ ਨਹੀਂ ਹੁੰਦਾ ਹੈਗਾ ਵਾ। ਅਤੇ ਅੱਜ ਆਪਣਾ ਕੰਮ ਥੋੜ੍ਹਾ ਹੀ ਆ, ਸਿਰਫ ਆਪਾਂ ਇਹ ਅਲਮਾਰੀ ਖਾਲੀ ਕਰ ਦੇਣੀ ਆ ਅਤੇ ਅੱਜ ਸ਼ਾਮਾਂ ਨੂੰ ਜਾਂ ਕੱਲ੍ਹ ਨੂੰ ਆਪਾਂ ਇਹ ਸਾਰੀ ਖੋਲ੍ਹ ਦੇਣੀ ਆ ਅਲਮਾਰੀ, ਤਾਂ ਬੈੱਡ ਆਪਣਾ ਸਾਰਾ ਖੋਲ੍ਹ ਦੇਣਾ ਵਾ। ਅਤੇ ਅੱਜ ਆਪਾਂ ਪਹਿਲਾਂ ਚੱਲਦੇ ਹਾਂ ਆਪਾਂ ਗਲੋਬੋ ਸਮਾਨ ਸਮੂਹ ਲਈ ਉੱਥੇ ਆ ਗਏ। ਇੱਧਰ ਆਏ ਸੀ ਗਲੋਬੋ, ਆਏ ਸੀ ਅੱਜ ਕੱਪੜੇ ਚੱਪੜੇ ਚੱਕਣੇ ਆ, ਤਾਂ ਕਰਕੇ ਉਹਦੇ ਲਈ ਬੈਗ ਲਏ ਆ ਦੋ ਵੱਡੇ 50% ਡਿਸਕਾਊਂਟ 'ਤੇ ਸੈੱਟ ਆ, ਵਧੀਆ ਨੇ ਬੈਗ, ਤਾਂ ਹੋਰ ਵੀ ਕਾਫੀ ਆ ਪਰ ਸਾਨੂੰ ਆਹ ਦੋ ਪਸੰਦ ਆਏ ਆ ਅਤੇ ਆਪਾਂ ਇਹ ਬਾਏ ਕਰਾਂਗੇ ਹੁਣ ਫਿਰ। ਇਹ ਲੈਪਟੋਪ ਵਾਸਤੇ ਦੋ ਕਿੱਟਾਂ ਵੇਖੀਆਂ ਵਾ, ਬਲੈਕ ਇੱਕ ਹੈਗੀ ਬਰਾਊਨ, ਡਿਸਾਈਡ ਨਹੀਂ ਕਰ ਹੁੰਦਾ ਕਿਹੜੀ ਕਲਰ ਦੀ ਲਵਾਂ, ਬਲੈਕ ਥੋੜ੍ਹਾ ਆਊਟ ਜਿਹਾ ਲੱਗਦਾ, ਇਹ ਵਧੀਆ ਨੇ ਆਪਾਂ ਵੀ ਚੱਕ ਲੈਣੀਆਂ। ਤਿੰਨ ਚੀਜ਼ਾਂ ਹੋ ਗਈਆਂ, ਚਲੀਏ ਹੁਣ ਘਰ ਨੂੰ। ਦੋ ਬੈਗ ਕਰ ਲਏ ਬਾਏ ਅਤੇ ਹੁਣ ਕਰ ਲਓ ਲੋੜ ਇਹਨਾਂ ਨੂੰ ਗੱਡੀ ਦਾ। ਛੋਟਾ ਬੈਗ ਆਪਾਂ ਇਹਦੇ 'ਚ ਰੱਖਤਾ ਕੰਪਿਊਟਰ ਵਾਲਾ, ਇਹ ਇੱਦਾਂ ਮੁੜ ਕੇ ਹੁਣ ਆਪਾਂ ਬਰੀਕੋ ਆ ਗਏ ਇੱਥੋਂ। ਆਪਾਂ ਇਹ ਸਮਾਨ ਮੈਂ ਤਾਂ ਲੈ ਲਿਆ, ਮੈਂ ਕਿਹਾ ਚਲੋ ਉੱਦਾਂ ਵੀ 50% 'ਤੇ ਆ ਅਤੇ ਲੋੜ ਪਈ ਰਹਿੰਦੀ ਹੈ ਨਾ ਘਰ, ਹੁਣ ਆਪਣਾ ਘਰ ਵੱਡਾ ਤਾਂ ਗਾਰਡਨ ਵੀ ਹੈਗੀ ਆ ਅਤੇ ਬੰਦੇ ਨੂੰ ਲੋੜ ਪੈ ਜਾਂਦੀ। ਹੁਣ ਇੱਕ ਆਪਣੀ ਮਸ਼ੀਨ ਹੈਗੀ ਆ ਘਾਹ ਕੱਟਣ ਵਾਲੀ, ਉਹ ਮੈਂ ਲੈਣੀ ਆ, ਡੀਜ਼ਲ 'ਤੇ ਹੋਵੇ ਜਾਂ ਪੈਟਰੋਲ 'ਤੇ ਜਿਹੜੀ ਵਿੱਚ ਪੈ ਕੇ ਚੱਲਦੀ ਨਾ, ਸੋਰੀ ਸੱਚ ਡੀਜ਼ਲ ਨਹੀਂ ਪੈਂਦਾ ਉਹ 'ਚ ਪੈਟਰੋਲ ਪੈਂਦਾ ਵਾ, ਉਹ ਵਾਲੀ ਵੇਖਣੀ ਆ ਟਾਰ ਵਾਲੀ। ਇਹ ਇਲੈਕਟ੍ਰਿਕ ਥੋੜ੍ਹਾ ਘੱਟ ਚੱਲਦੀ ਆ, ਹੈਗੀ ਵੀ ਹਲਕੀ ਸੀ ਲੱਗੀ ਸੀ, ਉਹ ਵੀ ਡਿਸਕਾਊਂਟ 'ਤੇ 50%, ਪਰ ਮੈਨੂੰ ਵਧੀਆ ਨਹੀਂ ਲੱਗੀ। ਜਿਹੜੀ ਚੀਜ਼ ਆਪਾਂ ਨੂੰ ਪਸੰਦ ਆਈ ਤਾਂ ਆਪਾਂ ਉਹ ਲੈ ਲਈ ਜਿਹੜੀ ਆਪਾਂ ਨੂੰ ਲੋੜ ਆ ਜਾਵੇ ਨਾ, ਜਿਵੇਂ ਪਤਾ ਚੀਜ਼ ਥੋੜ੍ਹਾ ਟਾਈਮ ਜ਼ਿਆਦਾ ਤੱਕ ਚੱਲ ਪਵੇ। ਅਤੇ ਬਾਕੀ ਅੱਜ ਹੁਣ ਆਪਾਂ ਅਲਮਾਰੀ ਖਾਲੀ ਕਰਨੀ ਆ ਤਾਂ ਅਲਮਾਰੀ ਪੱਟਣੀ ਆ ਤਾਂ ਕਮਰਾ ਉਹ ਕਰਨਾ ਵਾ, ਸਮੁੰਦਾਰੀ ਕਰਨਾ ਵਾ ਆਪਾਂ ਅੱਜ, ਜਿਹੜਾ ਸਮਾਨ ਆਪਾਂ ਨੂੰ ਨਹੀਂ ਚਾਹੀਦਾ ਵਾ ਆਪਾਂ ਇੱਧਰ ਰੱਖ ਜਾਣਾ ਵਾ, ਇਹ ਚੱਲ ਬਾਅਦ 'ਚ ਸੈੱਟ ਕਰਨਾ। ਜਿੱਦਾਂ ਕਿ ਹੋ ਗਿਆ ਇਹ ਸਮਾਨ ਹੈ ਨਾ, ਹੈ ਨਾ ਪਰਿੰਦੀ ਕੋਈ ਸਭ ਕੁਛ ਦੇ ਮੈਂ ਪਰਿਵਾਰੇ ਆਕਾਸਾ, ਇਹ ਪਲੱਗ ਲਿਆ ਹੋਇਆ ਸੀ ਫੋਰਨੋ ਵਾਸਤੇ ਅਤੇ ਆਪਣਾ ਨੋ ਮਿਕਰੋਂਦੇ ਵਾਸਤੇ ਤਾਂ ਮਸ਼ੀਨ ਦੂਜੀ ਕੌਫੀ ਵਾਸਤੇ, ਅਤੇ ਇਹ ਆਪਾਂ ਲੈ ਜਾਣਾ ਘਰ ਨੂੰ। ਅਤੇ ਐਕੋ ਪੂਰੇ ਕੁਛ ਦੇ ਵੀ ਕੰਸਰਵਾਰ ਹੈ, ਇਹ ਹੁਣ ਪੈਕਿੰਗ ਹੋਣੀ ਆ ਫਰਨੀਚਰ ਦੀ ਉਹਦੇ ਵਾਸਤੇ, ਅਤੇ ਹੈ ਵੇਰੋ ਵੇਰੋ ਇਹ ਸਮਾਨ ਹੁਣ ਮੈਂ ਇਹਦੇ ਵਿੱਚ ਚਾਰਜਰ ਚੂਰਜਰ ਆ ਸਾਰੇ, ਇਹਨੂੰ ਆਪਾਂ ਰੱਖ ਲੈਣਾ ਇੱਥੇ ਆਪਣੇ ਗੈਰਜ ਵਿੱਚ, ਇਹਦੀ ਲੋੜ ਫਿਰ ਆਪਾਂ ਨੂੰ ਬਾਅਦ 'ਚ ਪਾਊਗੀ, ਹੁਣ ਆਪਾਂ ਵਿਹਲੇ ਹੋ ਗਏ, ਆਪਾਂ ਨੂੰ ਦੇਖਾਂਗੇ ਆਪਾਂ ਇਹਨਾਂ ਦਾ ਯੂਜ਼ ਕਿੱਦਾਂ ਕਰਦੇ ਹਾਂ, ਰੈਸਟ ਤੋਂ ਆਪਾਂ ਸਮਾਨ ਕੱਢ ਲਈਏ ਸਾਰਾ। ਇਹ ਝਾੜੀਆਂ ਝੂੜੀਆਂ ਜਿਹੜਾ ਪੱਤੇ ਪੁੱਤੇ ਉਡਾ ਲੈਣਾ ਝਾੜੂ ਮਾਰਨ, ਟੈਕਨੋਲੋਜੀ ਟੈਕਨੋਲੋਜੀ ਵਾਲਾ ਜਿੱਦਾਂ ਝਾੜੀਆਂ ਜਿਹੀਆਂ ਨਾ ਇਹ ਕੱਟਣ ਨੂੰ, ਅਤੇ ਰੱਖ ਕੇ ਜਾਣਾ ਇੱਥੇ ਲੈ ਜਾਣਾ। ਬਾਕੀ ਅਸੀਂ ਕੱਲ੍ਹ ਵਲੌਗ ਬਣਾਇਆ ਨਹੀਂ ਕਿਉਂਕਿ ਮੈਂ ਕਿਹਾ ਉਹੀ ਕੀ ਵਾਰ ਵਾਰ ਚੀਜ਼ ਦਿਖਾਉਣੀ ਹੈ ਨਾ, ਗੈਰਜ ਇੱਕਦਮ ਖਾਲੀ ਕਰਤਾ ਉੱਧਰੋਂ, ਉਹ ਵੀ ਤੁਹਾਨੂੰ ਮੈਂ ਦਿਖਾਊਂਗਾ ਜਾ ਕੇ। ਬਾਕੀ ਹੁਣ ਫਿਰ ਚਲੀਏ ਘਰ ਨੂੰ, ਜਿਹੜਾ ਉਹ ਸਮਾਨ ਲਿਆ ਹੋਇਆ ਵਾ ਅਤੇ ਬੈਗ ਬੂਗ ਆ ਅਤੇ ਆਪਣਾ ਫਾਰਮ ਜੀ ਗਿਆ ਅਤੇ ਪੈਕਿੰਗ ਕਰਕੇ ਸਟਾਰਟ ਹੈ ਨਾ। ਘਰ ਪਹੁੰਚ ਗਏ ਹਾਂ, ਸਮਾਨ ਉੱਪਰ ਲੈ ਜਾਂਦਾ ਵਾ, ਜਿਹੜਾ ਗੈਰਜ 'ਚ ਛੱਡਣਾ ਸੀ ਉਹ ਤੁਸੀਂ ਦੇਖ ਲਓ ਆਪਾਂ ਉੱਥੇ ਰੱਖਿਆ ਹੁੰਦਾ। ਇਹ ਵਾਲਾ ਸਮਾਨ ਆਪਾਂ 2:30 ਲੈ ਕੇ ਆਉਂਦੇ ਹਾਂ ਅਤੇ ਰਾਤੀ ਅਸੀਂ ਆਹ
बैग तैयार कर ले सी अभी उधर लेके जाने उपर गैरेज च नहीं तो ये समान है तो बस हम थोड़ा रह गया हम घर का तो बस आ ही है तो कपड़े कुपड़े हैं तो आप टैच हम ले आते हैं दो तो लैपटॉप वाला भी आ तो लैपटॉप हम आप पावे है ना कि बेचारा इधर उधर घूमता फिरता वा महंगी चीज़ है खराब हो जाती है टुट भज का डर रहा वा तो इन्हों आप साफ सुफ करा तो मुड़ के टकावे कपड़े उस तो पहले आप खाइए फिर करते हैं फिर गल बाकी काम है ना दोपहर का खाना मेरा हूँ ढिड घटाना है ना पास्ता पूस्ता सारा कुछ बंद किया हुआ राजमा मक्की के दाने ते विच मच्छी आ ते विच गाजरां ते शिमला मिर्चा ये खावांगे ते पतले होवांगे बाकी उस तो बाद कपड़े खोलीए ते जिहड़े कल कपड़े पाए सी मैले वह पाइए क्योंकि मिट्टी घटे वाला फिर कम होना ही है क्योंकि गैर च जाके झाड़ू ला के आना वा तो फिर कपड़े लिबड़ने हैं तो बेहतर आप चेंज कर लिए इन्हों है ना कपड़े चेंज करके हो गए रेडी तो चली गया हूँ उधर तो समान लोड करिए मेरी अख लग गई थी वैसे तो ये ना सुती सी तो इनू सला लगा तो मेरी आप अख लग गई सोते तो वैसे अद्धे घंटे गए दोनों जने तो हूँ फिर मैं सोचा कपड़े पाइए तो चलीए फिर उधर न समान करिए लोड गड्डी तो तीन चार दिन रह गए हैं तो एकदम कम खिच के करिए तो होना नहीं तो फिर नहीं होने इदा कम गड्डी कर ली फुल छोटा हाथी हो गया एकदम टन कर ली गड्डी पूरी हूँ चलिए फिर घर मौसम बार मीह वाला हो गया माड़ गया सी आए थे इतने मार्केट समान जहा लैना सी थोड़ा जहा बर्फ बुरफ लैनी सी तो गई अन्ना हूँ अंदर तो उस तो बाद फिर चार फ्रिज ला दिए तो फिर बर्फ बुरफ ठंडी हो जाऊगी ना फ्रिज अपनी समान समान सुटिए कुछ खाने पीन का मौसम हो गया घेंट जहा अज पऊगा मीह मित्रो दो दिन की बर्फ पाई हुई है पानी हले भी ठंडा वा तो हम थोड़ा बहुत समान आप कर लेना क्योंकि आप एक पैकेट लेके आता है क्योंकि उधर भी दो लेके आते पी कड़ा इन्ना समान हो मैं चेंज कर दूँ इन्होंने थोड़ा समान इधर कट गया ना गड्डी से भी तेल हूँ ही मुकना सी नहीं तो कभी आपरेंज तक लैके आए नहीं अज चल गई तो हूँ मैं पंजा यूरो का पा लेंदा बहुत आ मतलब सू छ असी मासी घर तो समान खाली करके दुबारती फिर आ गए घर हूँ बैग बुग पैक कर लीए तो मीह पैन लग पाया मौसम मैनू इदा का भी वधिया लगता बस मीह ना पवे ठंडा ठंडा मैं आने मूवमेंट गाना लावे कि गाना वा हिंदी गाना कोई आना करो जी हम टैची पैक कपड़े है ना तो उन्ना चेर मैं फिर थले जाके है ना झाड़ू मारे मैं घर च है ना टाइम की बचत करिए ना अद्धा घंटा साढ़ा खराब हो गया तो बस एवं बस चपड़िया मरी गई इधर उधर तो हम चलीए अपने गैरेज में AK-47 के नाल उधरले घर जाके पहलू मिस करना यार उधर लिफ्ट है नहीं तो पर उदा मैं उदा भी यूज घट्टो ही करता हूँ सी तो आना ही ज्यादा करते होंगे सी मैं तो घट यूज करता हूँ सी ये अंतर मारना आप बाकी हम फिर मित्रों काम कर करके हूँ वेखो गैरेज तो हूँ बिफोर आफ्टर हो जाना इतने सारा कुछ हम सैट करके जाना वा ये सारी जिम्मेवारी हूँ मैं अपने जुम्मे लई हुई है तो अत करा दी हूँ बाबे साफ करता 15 मिनट लगे एकदम चमकाता चमका नहीं दिता मतलब झूठ बोलता पोचा नहीं लाया उदा ही ये सारा समान मैं इधर सैट रख लिया जो अपना वा ये भी अपना ही है ये सब जो जो उपर आ गए ना बैड बुड जिन्होंने चैक के लेके जाना अलमारी लेके जानी उन्ना को रखा देना वा ये बैग मैं उत्ते लै जाना वा वह भी उत्ते लै जाना हूँ मैं ये समान सामने वाली का वा तो ये चक के लेके जाऊगी
अपना फिर सारा साफ सूफ करता ना जिदा अपन मेरा साफ सुथरा आप उन्होंने देना वा ये समान उन्होंने ही है सारा वो टीवी वाला उस टीवी लेके जाना वा आप व्डा जरा बाकी छोटा ही सी मंजे मुंजे पखे पुखे वो ट्रेंड मिल अपना दौड़न वरतिया नहीं कभी दो बार वरतिया सिर्फ ये भी थले ले जानी गैरज से यह मैं उत्ते लाई मैं हूँ तो बाकी फिर देखिए इन्होंने की किया ये दो बैग मैं थलो लेके आया हूँ तो एक बैग रेडी इन्होंने करता वा तो ये रहा वा तो एक होर मरम्मत हो रही है समान समान ये सारे खाली करते अभी खाली हो गए ये भी अपनी आ ये भी नाल लेके जाने उधर ये भी अपना ये मनीसा के पोतड़े जाते डायपर जाते ये भी अपनी है ये मैं फिट की थी इतने मेरे जिदा कम कुम का सारा समान हों कम कुम के कपड़े जे घर घूर पाई दे अमेजोन तो लई हुई थी आप भी लैके जाना गा मुड़ के मशीन लैके जानी है तो आ भी समान आप चक देना वा ये 18 या 19 क्योंकि 20 आप उधर सोना वा 18-19 फिनिश बाकी चलो मैं माड़ा मोटा मामी ये कम कुम करा देना यह सारे समान है ना उधर रखी आवेंगे ये आइटम देखो ये अमेजोन तो खरीदी हुई सी मैं घड़िया बस 1 2 3 4 5 6 6 12 घड़िया आ जाए इन आप है वा बाकी ये बहुत खरी लगी है किट लैपटॉप वास्ते तो बंदा होर भी अपना समान समून पा सकता तो मैं अपना सोचा लैपटॉप वास्ते एक होर ऑर्डर की हुई सी जलांदो प्रिवे तो वह मम्मी हूं वाल चले गई थी गलत ड्रैस भरता से उधर चले गई थी वह भी जाके चक के ले जानी है कभी आह यूज़ कर लिया करनी कभी दूजी यूज़ कर लिया करनी बेचारा लैपटॉप भी ना इन्ना महंगा बेचारा बाहर ही पिया रहा मिट्टी से आराम ना बंदा किट ज रखा होगा ना बंदा सेफ रहा वा ना जिनी चीज़ जी आप संभाल रखा उन्नी लंबी देर तक ही ज़्यादा चलती है ना तो बाकी फिर करिए हम लोड फिर गड्डी से समान मी पैन लग पाया वा मित्रों लगता तंपेस्ता तूफान रब्बा मी बरसा साड़ी कोठी दाने बरसा दाने पा इदा ही हुई ना मैं कल फिल्म देख के हटिया बहुत वधिया लगे जो मुंडा मेन एक्टिंग मैं बहुत खरी लगी मुंडे की ए फिर एक बार गाना चलावे हिंदी गाना ये मौसम की बारिश का पानी ये पानी की बूंद तुझे ही तो ढूंढे ये मिलने की ख्वाहिश ये ख्वाहिश पुरानी हो पूरी तुझी से मेरी ये कहानी पुत्र जोर जोर ना चीका मार रहे हैं मीह भी होगा तेज मित्रों इन्नी हवा तो उन्ने बदल ज़्यादा गरजते यदा मतलब हूँ फिर गिले हो गए जावे नहीं तो थोड़ा टाइम आप रुकेंगे क्योंकि मीह बहुत तेज पै रहा वा तो कपड़े गिले हो गए तो पौड़े सड़क करके डिगे तो पटाका पवावे बिजली भी लश्कती है तो चली उन्हें अंदर कपड़े भी मेरे तकरीबन काले ही आही है एक तो काले कपड़े उधर भी ज़्यादा बिजली पैंती है तो अंदर ही चलिए कपड़ी कपड़ कपड़ी कपड़ दो बैग भर गए पर कपड़ नहीं मेरा मुकदा असल जी की करिए हम फिर सैट देिए किसी ने दे दईए ओहो मक्खी भी आ गई अंदर तो इधर भी हले भरिया ही है सारा इधर तो खाली होना वा ये मतलब पाया ही नहीं किया दो बैग का जो सारा समान भर गया अद्धे इतने भी सीटे हुए हैं जैकटा जुकटा पेनो अभी भर गया वो रह गए बेचारे दू नहीं तो इदा करते हैं नहीं तो इदा करते हैं हूँ जाके ना आप जो बैग आ समान आना है ना जाके उधर आके खाली कर आने जी आप वो नहीं है दूजा एयर बैड आ फला के ना उत्ते चादर बिछा के उत्ते कपड़े सुट्टे जाने उस तो बाद चादर होर बिछा देनी है कि मिट्टी घटा ना चढ़े है ना क्योंकि इदा सरना नहीं है बैग किन्ने बंदा बैग खरीदे ना तेने बैग अज लैके आते एक वड्डा
दो बड़े ते एक उत्तो छोटे साइज का तीन बैग। कॉफी टाइम। छोटे कप असीं साडे उधर रखेंगे तां गल नहीं पता चकना पिया ते दोनों जाने पर ची पीवेंगे। दूजा कैप्सूल बस ये तो पानी आ गया। दूजा कैप्सूल क्रीम जी आई थे कॉफी से है थला लिबड़े का पर कम ए ना फीम तो भी वर्गे फीम कभी ट्राई नहीं की अपना ना पैसा देने से नहीं खिलाया पर उदा दस रहा वा कहें यार फीम बंदा चुकना जहा रहा वा तो बाकी फीम ना बढ़िया यही है। एक अटैची सिर्फ नौ एक कितने दो अटैची सिर्फ मेरे कपड़े ना आई हले भी पे आ होर इधर भी भरया हुआ वा इधर भी भरया हुआ वा सिर्फ जेडे इंडियन से ना कपड़े अपने जिदा कुर्ते पजामे हो गए पग्गा हो गई तो होर जिदा चादरे से मेरे तो लोइया से उन्होंने डेढ़ अटैची उन्होंने ही भरया वा तो बाकी इदा कर दिया हूँ घर जाके सीट के आते समान रख के मतलब सीट के नहीं रख के आने फिर हले जैकट हले बहर पैकट ने ज्यादा स्पेस घेरनी है जैकट असं बड़े अटैची खाली करके उन्होंने रखे देकर जावे तो हूँ फिर आप जो अटैची पूरे तैयार कर लेना फिर वीडियो बनानी हूँ चार पाँच पाँच बैग हो गए रेडी हूँ सलाह अपनी इदा की क्योंकि मीह पै रहा वा इधरों फिर औखा है ना तो मैं हूँ इदा करना गड्डी लै जानी पिछों गराज से जोड़े बैग आक चक के लिफ्ट से रख के थले लै जाने गैरेज से उतों फिर लोड करके उधर न कर लिया क्योंकि मीह पैदा हूँ फिर गड्डी घुमा के लैके आऊँगा मैं मीह पै गया मौसम देखो क्या खराब हो जाता हूँ ठंड ठंड ही हो गई उदा हूँ अद्धी बंदी पाई है ना ठंड लगती मैनू पौड़िया ही ले लवान है ना हौली हौली पैर रखने पैने बूट भी मेरे स्पोर्ट आ स्लिप हो सकते पटाका कदों भी पै सकता है भारे जे शरीर का। चल फिर मिठो ये जमदूत है झोटा झोटा वा मेरा ही ये जमदूत। चलो फिर मित्रों गड्डी का बैग करके ले जाती है गलबात इदा हुई मित्रों गैरेज किया हो बंद इन्होंने पतंत्रा ने इन्होंने पता भी हूँ मैं कह के आया कि गैरेज बंद ना करे बंद न फिर लॉक ला गई आना फोन कर दिया मैं बैठा गड्डी से नहीं तो गिला गिला हो जाना भाई कोसा पा गए ये अपने सब गिला ही रश पैर तो हेलो रा बैंक सोपरा बस पेंसा गया परता दे अरे क्यों दला मां गिना गड्डी बंद कर दिए मैं क्या शायद बैग बुक लेके आई हूं यहां ना कुछ नहीं लेके आई ते पास बुक की मारना इत्थे ही आ बंद हो जाई अस्पताल अस्पताल मैं गला कड़दा कि मैं कहने बुआ लाता है दस दस मम्मी ने सुन लिया होना कर लिया समान लोड लैफ्ट हूँ चलिए थले अपने इंडियन पाकिस्तानिया की पछाण इतो हो जाती है हर चीज तो कि डोरी बन दे एयरपोर्ट से पता लग जाता है अपने इंडियन या पाकिस्तानी का बैग है बाकी इतने तो लैफ्ट ने साथ देता अपना है ना तो गलबात होनी है उत्थे जाके हूँ होनी है ला 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 उत्थे जाके एडे एडे भारे सुंदर सुंदर बैग ये बाहों ने जाके लेके जाने उत्ते नूं हूँ देखना ये आ कि अपने छोटे हाथी से समान आता या नहीं आता है चार बैग ले आते
टका के देखना पड़ना, नहीं तो फिर इतने ही छड़ जाने दुराती फिर कि लागे। छोटा हाथी खुल जा सिम सिम, चाबी कितने गई? ਇਸ ਹਿਸਾਬ ਨਾਲ ਰੱਖਾਂ, ਇਹਨੂੰ ਰੱਖਾਂ ਥੱਲੇ ਨੂੰ ਪਹਿਲਾਂ, ਕਾਫੀ ਆਈ ਜਾਣੀ ਮੈਂ। ਲੈ ਜਿਹੜੇ ਹੱਥੀਂ ਨੇ ਕਮਾਲ ਕਰਤੀ, ਹੋ ਗਿਆ ਸਾਰਾ ਸਮਾਨ ਲੋਡ, ਅਤੇ ਹੁਣ ਫਿਰ ਚਲੀ ਉੱਧਰ ਨੂੰ ਘਰ ਨੂੰ। ਗਿੱਲਾ ਸਾਰਾ ਹੋ ਗਿਆ, ਚਿਪਚਿਪਾ ਜਿਹਾ ਹੋ ਗਿਆ ਸਰੀਰ ਸਾਰਾ, ਹੁਣ ਗੁੱਸਾ ਚੜ੍ਹਦਾ ਪਿਆ ਵਾ। ਮੀਂਹ ਨਾ ਬਸ ਪਵੇ, ਉੱਦਾਂ ਮੌਸਮ ਠੰਡਾ ਜਾਣਾ ਚਾਹੀਦਾ ਵਾ। ਅਤੇ ਹੁਣ ਫਿਰ ਆਹਨਾ ਬੈਠੂ ਜੀ ਮੋਹਰੇ, ਅਤੇ ਫਿਰ ਚਲੀ ਗਏ ਆਪਾਂ ਉੱਧਰ ਨੂੰ। ਲੈ ਪੁਹਾਰਾ, ਚੱਲ ਗੱਡੀ ਧਵਾ ਲਈ ਇੱਥੋਂ। ਇੱਥੇ ਪਾਉਣੇ ਆਪਾਂ ਕੱਪੜੇ, ਕੱਪੜੇ ਦਾ ਪਿਆ ਇਹ ਚੀਜ਼ ਨੂੰ ਮੋਰੀ ਜੀ ਹੋਵੇ ਕਿਸਾਨ ਟੁੱਟਾ ਹੋਇਆ ਜੀ। ਉਸ ਤੋਂ ਬਾਅਦ ਮੇਰੇ ਜਦੋਂ ਤੁਸੀਂ ਯੂਜ਼ ਕੀਤਾ ਮੋਰੀ ਨਿਕਲੀ ਇਹਦੇ ਵਿੱਚੋਂ, ਮੈਂ ਚਲੋ ਫਿਰ ਥੋੜ੍ਹੇ ਟਾਈਮ ਤੱਕ ਫਿਰ ਕੰਮ ਜਦੋਂ ਆਪਣਾ ਹੋ ਗਿਆ ਅਤੇ ਛੱਡ ਦੇਣਾ ਜੀ। ਫੋਰ ਵੀ ਜੀ ਨੁੰਚਾ ਕੈਂਚੀ ਕੁੰਚੀ ਦੇਖ, ਇੱਦਾਂ ਦੀ ਗੱਲ ਬਣਨੀ। ਚਲੋ ਜਦ ਤੱਕ ਉੱਧਰ ਚੱਲੇ ਕੈਂਚੀ ਲੱਭ ਲਿਆ ਨਾ। ਇੱਧਰ ਰਾਈਟ ਹੈਂਡ ਲਾਉਣੀ ਆ ਆਪਾਂ, ਤਕਰੀਬਨ ਅੱਧਾ ਆਫ ਹੋ ਗਿਆ। ਇੱਕਦਮ ਪੂਰਾ ਫੁੱਲ ਗਿਆ ਵਾ ਗੰਦਾ ਹਨਾ, ਮਿੱਟੀ ਮਿੱਟੀ ਹੋਈ ਆ, ਏਦਾਂ ਵਿਛਾ ਤਾ ਹੁਣ ਠਾ ਠਾ ਕੱਪੜੇ ਸੁੱਟਣੇ ਇਹਨਾਂ ਦੇ ਉੱਤੇ, ਉਹ ਤੋਂ ਬਾਅਦ ਐਂ ਫੋਲਡ ਕਰ ਦੇਣਾ ਇਹਨੂੰ। ਸ਼ੁਰੂ ਹੋ ਗਈ ਜਾਂਦਾ ਆਪਣਾ ਕੰਮ ਕਰਨਾ, ਅਤੇ ਮੈਂ ਖੜ ਕੇ ਵੀਡੀਓ ਬਣਾਉਂਦਾ ਹੁਣ, ਕਿਉਂਕਿ ਬੈਗ ਭਾਰੇ ਭਾਰੇ ਮੈਂ ਅਸੀਂ ਚੱਕ ਕੇ ਲੈ ਕੇ ਆਉਂਦੇ ਉੱਤੇ। ਅਟੈਚੀ ਤਿੰਨ ਜੀ ਚਾਰ, ਪੂਰੇ ਚਾਰ ਮੈਨੂੰ ਲੱਗੇ ਇੱਥੇ ਤਿੰਨ ਅਟੈਚੀ ਆ, ਚਾਰੇ ਅਟੈਚੀ ਸਿਰਫ ਮੇਰੇ ਸਮਾਨ ਦੇ ਨਾਲ ਹੀ ਭਰੇ ਹੋਏ ਸੀ। ਇੱਥੋਂ ਹਿਸਾਬ ਲਾ ਸਕਦੇ ਹਾਂ, ਕੱਪੜ ਬਥੇਰਾ ਵਾ। ਹਾਂ ਦੇਖੋ ਜਿੱਦਾਂ ਬੈੱਡ ਮੋਟਾ ਉਨੀ ਤੈਂ ਉੱਤੇ ਨੂੰ ਲੱਗੀ ਹੋਈ ਹੈ ਕੱਪੜਿਆਂ ਦੀ। ਤੂੰ ਤਾਂ ਪਾ ਦਿਓ ਸਹੀ, ਆਨਾ ਖਿਜੀ ਹੋਈ ਆ, ਰਵੇ ਖਿਜੀ ਹੋਈ ਆਪਾਂ ਨੂੰ ਵੀ ਆ, ਆਨਾ ਖਿਜੀ ਹੋਈ ਆਨਾ ਕੱਚਾ ਲਾ ਇੱਥੋਂ। ਇਹ ਦੇਖੋ ਨਾ, ਇਹ ਚਾਹੁੰਦੀ ਨਾ ਆਹ ਵੀ ਕੰਮ ਮੈਂ ਕਰਾਂ, ਇਹ ਤਾਂ ਕੰਮ ਘੱਟੋ ਘੱਟ ਤੂੰ ਕਰ ਹਨਾ, ਇਹ ਤਾਂ ਕੰਮ ਇਹਨੂੰ ਕਰਨਾ ਚਾਹੀਦਾ। ਮੈਂ ਇੰਨਾ ਭਾਰਾ ਉੱਪਰ ਥੱਲੇ ਗੱਡੀ ਇੱਧਰ ਉੱਧਰ ਮੈਂ ਕੰਮ ਕਰਦਾ ਵਾ ਹਨਾ, ਮੀਂਹ 'ਚ ਵੀ ਫਿਰ ਮੈਨੂੰ ਗੱਡੀ ਚਲਾਉਣੀ ਪੈਂਦੀ ਆ, ਰਿਸਕ ਵਾਲਾ ਕੰਮ ਆ, ਇੰਨਾ ਤੂੰ ਕਰ ਹੀ ਸਕਦੀ ਆ। ਉਹ ਲੈ ਬੱਤੀ ਤੂੰ ਦੁਬਾਰਾ ਫੇਰ ਘਰ ਆ ਗਿਆ, ਟੱਚ ਟੁੱਚ ਵਿਹਲੇ ਕਰਕੇ, ਅਤੇ ਹੁਣ ਥੋੜ੍ਹਾ ਹੋਰ ਸਮਾਨ ਇੱਥੇ ਭਰ ਲਈਏ, ਫਿਰ ਜਾਵਾਂਗੇ, ਫਿਰ ਇੱਕ ਗੇੜਾ ਲਾਵਾਂਗੇ। ਮੈਨੂੰ ਲੱਗਦਾ ਇਸ ਗੇੜ 'ਚ ਕੰਮ ਬਣ ਜਾਣਾ ਆਪਣਾ, ਜੇ ਸਮਾਨ ਜ਼ਿਆਦਾ ਨਾ ਹੋਇਆ ਤਾਂ। ਉਹ ਤੋਂ ਬਾਅਦ ਮੇਰੇ ਖਿਆਲ 'ਚ ਦੋ ਅਟੈਚੀ ਦੀ ਲੋੜ ਆ ਹੋਰ, ਇਹ ਖਾਲੀ ਆ, ਓਕੇ ਡਨ, ਇਹ ਵੀ ਖਾਲੀ ਆ, ਬਸ ਬਸ ਸੱਜਣ ਆਪਣਾ ਬਹੁਤ ਆ, ਉਹ ਭਰ ਗਿਆ ਵਾ, ਇਹ ਰਹਿ ਗਿਆ ਬਸ। ਦੂਜੇ ਗੇੜੇ ਵਾਸਤੇ ਵੀ ਬੈਗ ਆਪਣੇ ਰੈਡੀ ਹੋ ਗਏ ਆ, ਦੇਖਦੇ ਹਾਂ ਬਾਹਰ ਮੌਸਮ ਕਿੱਦਾਂ ਦਾ ਹੁਣ। ਓਹੋ ਮੀਂਹ ਕਹਿੰਦਾ ਮਿੱਤਰੋ ਐਤ ਕੀ ਨਹੀਂ ਤੁਹਾਨੂੰ ਮੈਂ ਸੁੱਕਿਆਂ ਜੇ ਆਉਣ ਦੇਣਾ, ਅਤੇ ਹੁਣ ਫਿਰ ਜੇ ਮੈਂ ਗੱਡੀ ਬੈਕ ਕਰਕੇ ਉੱਧਰ ਫੇਲ ਲੈ ਕੇ ਗਿਆ ਮੈਂ ਵੀ ਗਿੱਲਾ ਹੋਣਾ ਵਾ, ਐਤ ਕੀ ਨਹੀਂ।
ਇਹਦੀ ਆਪਾਂ ਵੀਡੀ ਕਰਨੀ ਆ ਹੁਣ। ਨਹੀਂ 7 ਵਜੇ ਤੱਕ ਲਿਖਿਆ ਹੋਇਆ 7 ਵਜੇ ਤੱਕ ਪੈਣਾ ਵਾ, ਹਲੇ 5 ਵਜੇ 2 ਘੰਟੇ ਹੁਣ ਕੀ ਕਰੀਏ, ਨਹੀਂ ਤਾਂ ਰਿਸਕ ਲੈਣਾ ਹੀ ਪੈਣਾ ਵਾ ਮੀਂਹ ਚ ਗਿੱਲੇ ਹੋਣ ਦਾ। ਆਉਂਦੇ ਉਹਨਾਂ ਦਾ ਨਿਆਣਾ ਵਾ, ਉਹ ਵੀ ਬਾਹਰ ਨੂੰ ਖਿਲਾ ਰਹੇ ਆ, ਨਿਆਣੇ ਡਿੱਗਦੇ ਕਦੇ, ਆਪਣੀ ਪਤਾ ਨਹੀਂ ਵਿਚਾਰੀ ਕੀ ਕਰਦੀ ਹੋਣੀ ਉੱਥੇ। ਹੁਣ ਫੋਨ ਲਾਇਆ ਹੋਇਆ ਸੀ, ਕਹਿੰਦੇ ਉੱਦਾਂ ਸ਼ਾਂਤ ਹੀ ਆ, ਤਾਕੀ 'ਚ ਬੈਠੀ ਹੋਈ ਆ, ਮੀਂਹ ਦੇਖ ਰਹੀ ਆ। ਹੁਣ ਮੀਂਹ ਹਟੇ ਤਾਂ ਫਿਰ ਆਪਾਂ ਵੀ ਆਪਣਾ ਕੰਮ ਕਰ ਕਰੀਏ। ਮੀਂਹ ਪੈ ਰਿਹਾ ਉੱਪਰਲਾ ਚਿੰਤਾ ਭੁੱਲ ਗਿਆ ਸੀ, ਦੇਖ ਕੇ ਆਵਾਂ ਕਿਤੇ ਕੋਈ ਤਾਕੀ ਤਾਂ ਨਹੀਂ ਖੁੱਲ੍ਹੀ ਰਹਿ ਗਈ। ਹੋਰ ਨਾ ਅੰਦਰ ਸਵੀਮਿੰਗ ਪੂਲ ਹੀ ਬਣਿਆ ਹੋਇਆ ਇੱਥੇ, ਇਹ ਪਾਣੀ ਕਿੱਥੋਂ ਆਇਆ? ਅੱਛਾ, ਇੱਥੋਂ ਬੂੰਦ ਬੂੰਦ ਥੋੜ੍ਹੀ ਡਿਪਕੀ ਹੋਈ ਆ, ਦਿਖਾਉਣਾ ਪੈਣਾ ਮਿਸਤਰੀ ਨੂੰ ਕਿਉਂ ਕਹਿੰਦੇ ਗਿੱਲੀ ਹੋਈ ਆ ਇੱਥੋਂ, ਕਿਤੇ ਪਾਣੀ ਆਉਂਦਾ ਇੱਥੋਂ, ਪਤਾ ਨਹੀਂ ਮੈਂ ਜਲਦੀ ਕਰਦੇ, ਮੈਂ ਇੰਨਾ ਕੁਛ ਗੜਬੜ ਹੈ। ਕਿਸੇ ਨੂੰ ਮਿਸਤਰੀ ਨੂੰ ਬੁਲਾ ਕੇ ਦਿਖਾਵਾਂਗੇ ਇੱਥੇ, ਜੇ ਕੁਛ ਕਰਨੇ ਵਾਲਾ ਤਾਂ ਕਰ, ਸ਼ਾਇਦ ਲੱਕੜਾ ਜਿੱਦਾਂ ਨਾ ਟਾਈਮ ਨਾਲ ਖਰਾਬ ਹੋ ਜਾਂਦੀ ਆ, ਤਾਂ ਕਰਕੇ ਹੋ ਸਕਦਾ ਇੱਥੇ ਕਿਤੇ ਸੜਕ ਆ ਪਾਣੀ ਆਇਆ ਹੋਵੇ। ਅਤੇ ਵੈਸੇ ਆਉਂਦਾ ਹੈ ਉੱਧਰ ਵੀ ਚੈੱਕ ਕਰ ਲਈਏ, ਇੰਨਾ ਪਾਣੀ ਕਰ ਲਈਏ। ਇੱਧਰ ਰੋਕੇ ਆ, ਉੱਥੇ ਜਿਹੜੀ ਛੱਤ ਵਾਲੀ ਹੈ ਨਾ, ਉੱਥੇ ਮੈਨੂੰ ਲੱਗਦਾ ਹੈ ਨਾ ਜਿੱਦਾਂ ਕਿ ਬੜਾ ਹੁੰਦਾ ਕਿਹੜਾ ਸਿਲੀਕੋਨ ਹੁੰਦਾ ਵਾ, ਛੱਤ ਉਹ ਲਾਉਣ ਵਾਲਾ ਵਾ, ਤਾਂ ਦੇਖਦਾ ਹੁਣ ਮਿਸਤਰੀ ਨੂੰ ਦਿਖਾਉਂਦਾ। ਕੱਪੜਿਆਂ ਦਾ ਬਲੌਗ ਆਪਾਂ ਇੱਥੇ ਹੁਣ ਕਰ ਦੇਣਾ ਐਂਡ, ਐਂਡ ਨਹੀਂ ਮਤਲਬ ਹੁਣ ਨਹੀਂ ਸ਼ੂਟ ਕਰਨਾ ਕੱਪੜਿਆਂ ਦਾ, ਬਥੇਰਾ ਹੋ ਗਿਆ। ਹੁਣ ਆਪਾਂ ਜਦੋਂ ਇਹਦੇ ਭਰਾ ਨੇ ਆਉਣਾ ਵਾ ਕਿ ਆਪਣੀ ਅਲਮਾਰੀ ਅਤੇ ਬਾਕੀ ਹੋਰ ਕੀ ਕਹਿੰਦੇ ਹੁੰਦੇ ਆ ਬੈੱਡ ਖੋਲ੍ਹਣ, ਬੈੱਡ ਤਾਂ ਚੱਜ ਨਹੀਂ ਖੋਲ੍ਹਣਾ, ਬੈੱਡ ਫਿਕਸਾਂ ਖੋਲ੍ਹਾਂਗੇ ਕੱਲ੍ਹ ਜਾਂ ਪਰਸੋਂ, ਅਤੇ ਕਿਉਂਕਿ ਸੌਣਾ ਵੀ ਆਪਾਂ ਉੱਥੇ, ਅਤੇ ਹੁਣ ਅਲਮਾਰੀ ਖੋਲ੍ਹਣੀ ਆ, ਉਹ ਸ਼ੂਟ ਕਰਕੇ ਫਿਰ ਬਲੌਗ ਐਂਡ। ਥੱਲੜੀ ਵਾੜੀ ਦੇ ਜਦੋਂ ਇੱਥੋਂ ਨਿਕਲ ਆਉਣਾ ਇੱਧਰੋਂ, ਮੁਸ਼ਕ ਬਹੁਤ ਆਉਂਦਾ ਕੁੱਤਿਆਂ ਦਾ, ਇੱਕ ਮੀਂਹ ਦਾ ਮੁਸ਼ਕ ਅਤੇ ਉਸ ਤੋਂ ਬਾਅਦ ਕੁੱਤਿਆਂ ਦਾ, ਅਤੇ ਗੱਲਬਾਤ ਇੱਦਾਂ ਹੋ ਗਈ ਆ। ਰਾਹ ਵਿੱਚ ਇਹਨਾਂ ਦੀ ਭੈਣ ਦਾ ਮੈਸੇਜ ਆਇਆ ਸੀ ਕਿ ਕਹਿੰਦੇ ਬੱਸ ਹੁਣ ਮਲੀਸਾ ਹੁਣ ਟੂ ਟੂ ਕਰਦੀ ਆ, ਸਾਡੀ ਪਕੜ ਤੋਂ ਬਾਹਰ ਆ, ਰੇਂਜ ਦੂਰ ਹੋ ਗਈ ਉਹਦੀ ਹੁਣ, ਅਤੇ ਤੂੰ ਆ ਜਾ ਹੁਣ ਫਿਰ। ਮੈਂ ਕਿਹਾ ਚੱਲ ਤੂੰ ਜਾ ਕੇ ਲੈ ਗਿਆ ਅਤੇ ਮੈਂ ਸਮਾਨ ਸਮੂਨ ਭਰਦਾ। ਗਾੜੀ ਜੱਟ ਆ ਗਿਆ ਅਤੇ ਨਿਸ਼ਾਨ ਲਾ ਦਿੱਤੇ ਆ ਕਿ ਸਾਨੂੰ ਪਤਾ ਲੱਗੂਗਾ ਨਾ ਕਿੱਥੇ ਕਿੱਥੇ ਇਹਦਾ ਸਮਾਨ ਆ, ਤਾਂ ਉੱਥੇ ਉੱਥੇ ਆਪਾਂ ਫਿੱਟ ਕਰ ਦਾਂਗੇ ਉਹਨਾਂ ਨੂੰ, ਪੱਟ ਦਈਏ ਹੁਣ ਇਹਨੂੰ। ਗੱਲਬਾਤ ਇੱਦਾਂ ਹੋਈ ਆ, ਹੁਣ ਜੇ ਗਾੜੀ ਜੱਟ ਕਹਿੰਦਾ ਇਹਨੂੰ ਸਿੱਟਣਾ ਇੱਧਰ ਨੂੰ, ਬੈੱਡ ਵੀ ਖੋਲ੍ਹਤਾ ਆਪਾਂ ਅਤੇ ਪਤਲੇ ਪੁੱਲੇ ਸਾਰੇ ਇੱਧਰ ਖੁੱਲ ਕੇ ਰੱਖਤੇ ਆ, ਬੈੱਡ ਵੀ ਖੋਲ੍ਹਤਾ, ਜੇ ਆਪਾਂ ਇੱਦਾਂ ਹੀ ਸੌਵਾਂਗੇ ਬਿਨਾਂ ਬੈੱਡ ਤੋਂ, ਹੁਣ ਇਹਨੂੰ ਸਿੱਟਣਾ ਇੱਧਰ ਨੂੰ। ਬਾਬੇ ਬਾਹਰ ਇੰਨਾ ਮੀਂਹ ਪੈ ਰਿਹਾ ਵਾ, ਮੈਂ ਛਤਰੀ ਲੈ ਕੇ ਗਿਆ ਵੀ ਸੀ, ਮੀਂਹ ਇੰਨਾ ਤੇਜ਼ ਆ ਨਾ ਕਿ ਔਖਾ, ਕਿਉਂਕਿ ਨਹੀਂ ਤਾਂ ਪੂਰੀ ਕੁੜੀ ਗਿੱਲੀ ਹੋ ਜਾਣੀ, ਮੈਂ ਗਿੱਲਾ ਹੋ ਗਿਆ ਛਤਰੀ ਦੇ ਨਾਲ ਨਾਲ ਵੀ, ਬੂਟਾ ਜਿਹਾ ਪਾਣੀ ਵੀ ਪੈ ਗਿਆ, ਇੰਨਾ ਮੀਂਹ ਤੇਜ਼ ਪੈ ਰਿਹਾ ਵਾ, ਆਨਾ ਆ ਗਿਆ ਵਾਪਸ। ਤੁਸੀਂ ਆਪ ਵੀ ਦੇਖ ਲਓ ਮੌਸਮ ਕਿੰਨਾ ਖਤਰਨਾਕ ਹੋਇਆ, ਮਾੜਾ ਜਿਹਾ ਮੀਂਹ ਹਟੂਗਾ ਤਾਂ ਫਿਰ ਇਹਨਾਂ ਨੂੰ ਮੈਂ ਲੈ ਕੇ ਜਾਂਦਾ। ਆਨਾ ਨੂੰ ਕਿਹਾ ਕਿ ਗੈਰੇਜ ਵੀ ਆ, ਉੱਥੋਂ ਦੀ ਤੁਹਾਨੂੰ ਮੈਂ ਲੈ ਕੇ ਜਾਂਦਾ, ਤਾਂ ਪਹਿਲਾਂ ਹੀ ਸੱਦ ਲਈਏ, ਬੜਾ ਹੀ ਪੈ ਰਿਹਾ ਵਾ। ਇੱਦਾਂ ਕਰੂੰ ਦਾ ਹੈਨਾ ਪਾਚੋ ਗੱਡੀ ਮੈਂ ਉੱਪਰ ਖੜੀ ਕਰ ਦਾਨਾ ਨੇ ਵੀ ਵਿਚਾਰੀ ਨੇ ਗਿੱਲੀ ਹੋ ਜਾਣਾ, ਅਤੇ ਜਿਹੜਾ ਅਸੀਂ ਸਾਰੇ ਗਿੱਲੇ ਚੱਲੇ ਹੋਏ।
फिर गुआढ़ी का गैरेज खोल के आया वो भी अंदर खोल के आया वा बिना चाबी तो क्योंकि वो गड्डी इतने मूहे खड़ी थी उन्हें हम बैक करके अंदर बाड़ी आ हूँ आना आऊगी। ओ देखो कहरी अज का अंदर लिया ना भाव आहो आ जा अपस्त अपस्त बुआ बेचारा मेरे वेट करता कदों डेरी आऊगा हूँ परी दाई ना मेरे तो दे इधरों ओ मम्मू हूँ मजा आऊगा मी बच्च वो भी बैक करके लेके जानी वो मी गिला हो गया चिप चिपा हो शरीर हूँ एक पिछे दिखता भी नहीं है जिन्ना भी तेज पै रहा ना मोटा मोटा समा चकना मैं गड्डी हूँ इतने मूहरे ले आया वा इतने पर ला तो सकते नहीं हाँ ये तो मैं होर भी गिला हो जाना सी कुड़ी का समान चक के बाद चो मी हटूगा 10 बजे फिर मैं आगे कर जाऊँगा गड्डी साइड से बाबे मैं तो झाड़ू लैन आया सी ते हुण देखिया पानी पानी हो गया अंतरों दे कुड़ी की मशीन भी इतने पई आ साडा कोई ठीक नहीं है खराब हुंदी होवे मैं जगह इतों बैड उन्होंने मालिका का ही चक साइड रख पानी होर वही आ रहा वा मैं हम सोच रहा कि समान रखा नहीं तो अपना जो समान चक साइड रखा ये भी महंगा वा ट्रेडमिल इन्हें भी कितने सेफ रखना वा शुक्र करो असं पहले ही अपना समान इतों चक लिया नहीं तो सारा समान साडा इन्ना महंगा सारा खराब हो जाना सी कुड़ी के खिलौने खिलौने काफ़ी से होर भी अपना कई समान से नहीं तो सारा खराब हो जाना सी जो भी करता वाहेगुरू सही करता अपना समान आप इधर शिफ्ट कर लिया तो यह भी इतने कर दिता साइड जे तो बेचारी इतने उच्चा वा बाकी सब डन बाकी ओके चक्की है तो चलिए कोठे अपने पार्किंग उत्थे खाली आ उत्थे मैं हुण गड्डी जाके ला लवां नहीं तो औखा हो जाना सवेरे नहीं तो फिर फाइन आ जाना जे गड्डी इत्थे बाहर लगी ना लैन ना तो उत्थे जाके ला लवां गड्डी जिदा हुण मीह पै रहा है ना वो देखो जिदा हुण मीह पै रहा वा इदा मैं कभी नहीं देखा सी इत्थे वो भी इन्ना तेज पानी पानी होया मैं लगे तो इदा तो कम अपने इंडिया ही होंगे पर इतने भी उही कम होंगे पानी पानी थले पैर थले ब्लॉक हो जाए इन्ना पानी पानी राह ही नहीं मिलता है निकलने तो इतने जाम ही होंगे सारा कुछ गटर गुटर जिन्हें भी होंगे ना सारे ब्लॉक हो जाते पानी ना तेज निकलता ही नहीं है अपना कम एकदम फर्स्ट क्लास चाहता हूँ जो बूट आ मेरे गंदे मंदे इन हूँ मैं इतने ला जाना वा गड्डी भी करती लॉक पानी पानी हो गया चंगी तरह नहाना हम जराबा भी ला दूंगा ये तुम दिखाना जी गाड़ी जट का कम देखो जी अलमारी खोल के आप लाती उ अज इदा ही सौवे इतने चक जाना होगा कहीं मेरे हाथ लगे हुए थे चप्पल सुखा पे हत कराती अजा बाकी फिर मित्रों अज का ब्लॉग फिर आप इतने एंड करते हैं तो मड़क हम काम कुम करा दें इतने साफ सफाई कर ली गए रात में सौना भी है हूँ 10 बज गया 7:30 तो बाकी फिर आप नैक्सट ब्लॉग मिलते हैं चंगा मित्रों सत श्री अकाल सारे।